ਮਾਨਸਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚੋਂ ਕਿਸਾਨਾਂ ਵੱਲੋਂ ਵੇਚਣ ਲਈ ਲਿਆਂਦੀ 2,50,642 ਮੀਟ੍ਰਿਕ ਟਨ ਝੋਨੇ ਦੀ ਫਸਲ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 2,28,320 ਮੀਟ੍ਰਿਕ ਟਨ ਫਸਲ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਬਲਦੇਵ ਰਾਜ ਵਰਮਾ ਨੇ ਦੱਸਿਆ ਕਿ ਖਰੀਦ ਕੀਤੀ ਇਸ ਫਸਲ ਦੇ ਬਦਲੇ ਕਿਸਾਨਾਂ ਨੂੰ 260,34,00,000 ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਮੰਡੀਆਂ ਵਿੱਚੋਂ ਖਰੀਦੀ ਗਈ ਫਸਲ ਦੀ ਲਿਫਟਿੰਗ ਵੀ ਸਹੀ ਤਰੀਕੇ ਨਾਲ ਹੋ ਰਹੀ ਹੈ। ਕੱਲ 24 ਤਰੀਕ ਤੱਕ ਟੋਟਲ ਅਰਾਈਵਲ 2,50,000 MT ਸੀ, ਜਿਹਦੇ ਵਿੱਚੋਂ ਅਸੀਂ 2,28,000 ਸਮਥਿੰਗ ਖਰੀਦ ਲਈ ਹੈ ਅਤੇ ਪਿਛਲੇ ਸਾਲ ਇਹ 2,29,000 ਸੀਗੀ। ਮਤਲਬ ਥੋੜ੍ਹੀ ਜਿਹੀ ਘੱਟ ਹੈ, ਇਕੁਅਲੀ ਆ ਜਿੰਨੀ ਪਿਛਲੇ ਸਾਲ ਆਈ ਸੀ ਇੰਨੇ ਸਾਲ ਹੁਣ ਆਈ ਸੀ। ਬਾਕੀ ਦੀ ਜਿਹੜੀ ਪੈਡੀ ਅੱਜ ਖਰੀਦ ਲਈ ਜਾਏਗੀ, ਇਹਦੇ ਵਿੱਚੋਂ ਟੋਟਲ 1,78,685 MT ਅਸੀਂ ਲਿਫਟ ਕਰ ਲਈ। ਜਿਹੜੀ 72 ਘੰਟੇ ਵਿੱਚ ਕਰਨੀ ਹੁੰਦੀ ਹੈ ਉਹ ਅਸੀਂ 120% ਲਿਫਟ ਕਰ ਲਈ ਹੈ, 72 ਘੰਟੇ ਤੋਂ ਪਹਿਲਾਂ ਸਾਰੀ ਲਿਫਟ ਕਰ ਲਈ। ਜਿੱਥੇ ਤੱਕ ਪੇਮੈਂਟ ਦਾ ਸਵਾਲ ਹੈ, ਅਸੀਂ ਇਹ ਤਕਰੀਬਨ 100% ਸਾਡੀ ਪੇਮੈਂਟ ਹੋਈ ਹੋਈ ਹੈ। 13 ਕਰੋੜ ਰਹਿੰਦੀ ਹੈ, ਉਹ ਵੀ ਅੱਜ ਹੋ ਜਾਏਗੀ ਪੇਮੈਂਟ। ਸਪੋਕਸਮੈਨ ਟੀਵੀ ਦੇ ਲਈ ਮਾਨਸਾ ਤੋਂ ਕੁਲਜੀਤ ਸਿੰਘ ਸਿੱਧੂ ਦੀ ਰਿਪੋਰਟ।